ਸਤਿਗੁਰ ਸ਼੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਗਿੱਦੜਬਾਹਾ ਦੇ ਪਿੰਡ ਗੁਰੂ ਸਰ ਦੀ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਪੜੋਸ ਵਿੱਚ ਰਹਿਣ ਵਾਲੀ ਇੱਕ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਤੋਂ ਇੱਕ ਦੇਸੀ ਪਿਸਟਲ ਤੇ ਫੌਜ ਦੀ ਵਰਦੀ ਵੀ ਬਰਾਮਦ ਕੀਤੀ ਗਈ ਹੈ। ਆਰੋਪੀ ਤੇ ਪਹਿਲਾਂ ਵੀ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਮਾਮਲੇ ਦਰਜ ਨੇ। ਆਰੋਪੀ ਨੂੰ ਪੁਲਿਸ ਨੇ ਫੜ ਲਿਆ ਹੈ, ਜਦੋਂ ਕਿ ਗੰਭੀਰ ਰੂਪ ਵਿੱਚ ਜ਼ਖਮੀ ਮਹਿਲਾ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣੇ ਦੇ DSP ਨੇ ਦੱਸਿਆ ਕਿ ਸਰ ਕੀ ਮਾਮਲਾ ਕੀ ਹੋਇਆ ਗੁਰੂ ਸਰ ਜੀ ਦਾ? ਗੁਰੂ ਸਰ, ਸਿਰਫ ਇੰਨੀ ਜਾਣਕਾਰੀ ਮਿਲੀ ਵੀ ਉੱਥੇ ਝਗੜਾ ਹੋਇਆ ਹੈ ਦੋ ਪਾਰਟੀਆਂ ਦਾ ਆਪਸ ਦੇ ਵਿੱਚ, ਜੀ, ਜਿਹਦੇ ਵਿੱਚ ਇੱਕ ਲੇਡੀ ਇੰਜਰਡ ਹੋਈ ਹੈ ਜੀ। ਇਸ ਸੰਬੰਧੀ ਜਿਹੜਾ ਥਾਣਾ ਗਿੱਦੜਬਾਹਾ ਦੀ ਪੁਲਿਸ ਜਿਹੜੀ ਹੈ ਜਾ ਕੇ ਜੋ ਵੀ ਸਟੇਟਮੈਂਟ ਵਗੈਰਾ ਲੈਣੀ ਉਹ ਕਾਰਵਾਈ ਕਰ। ਕੋਈ ਫਾਇਰਿੰਗ ਵਗੈਰਾ ਵੀ ਹੋਈ ਸਰ? ਨਹੀਂ, ਅਜੇ ਕੁਛ ਨਹੀਂ ਇਸ ਬਾਰੇ ਕਿਹਾ ਜਾ ਸਕਦਾ, ਫਿਲਹਾਲ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਹਾਂਜੀ, ਸਾਡੇ ਕੋਲ ਮਤਲਬ ਜਿਹੜੇ ਪੁਲਿਸ ਦੇ ਥਰੂ ਮਤਲਬ ਪੇਸ਼ੈਂਟ ਆਏ ਸੀਗੇ, ਕੁਛ ਮਤਲਬ ਲੜਾਈ ਝਗੜੇ ਦਾ ਕੇਸ ਸੀ। ਇਹਦੇ ਵਿੱਚ 3 ਮਰੀਜ਼ ਸਾਡੇ ਕੋਲ ਦਾਖਲ ਹੋਏ ਸੀ। ਇੱਕ 35 ਸਾਲ ਦੀ ਜਿਹੜੀ ਔਰਤ ਸੀ ਕਰਮਜੀਤ ਕੌਰ, ਅਤੇ 2 ਲੜਕੇ ਸੀ ਹਰਜੀਤ ਸਿੰਘ ਅਤੇ ਜਸਕਰਨ ਸਿੰਘ। ਅਤੇ ਇਹਨਾਂ ਦੇ ਸੱਟਾਂ ਸੀ ਮਤਲਬ ਲਗਭਗ ਸਾਰਿਆਂ ਦੇ ਸਿਰ ਦੀਆਂ ਸੱਟਾਂ ਸੀ, ਹੈਡ ਇੰਜਰੀ ਸੀ। ਅਤੇ ਕਰਮਜੀਤ ਕੌਰ ਉਹਨਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ, ਜਿਹਨੂੰ ਅਸੀਂ ਫਸਟ ਏਡ ਦੇ ਕੇ ਬਠਿੰਡਾ ਰੈਫਰ ਕੀਤਾ। ਬਾਕੀ ਮਰੀਜ਼ਾਂ ਦਾ ਵੀ ਜਿਹੜਾ ਇਲਾਜ ਆ ਉਹ ਜਨਰਲ ਸਰਜਨ ਦੇ ਅੰਡਰ ਹੋਣਾ ਜ਼ਰੂਰੀ ਸੀਗਾ। ਜਨਰਲ ਸਰਜਨ ਜਿਹੜੇ ਸਾਡੇ ਸਿਵਲ ਹਸਪਤਾਲ ਗਿੱਦੜਬਾਹਾ ਦੇ ਜਨਰਲ ਸਰਜਨ ਨੇ, ਉਹ 2 ਮਹੀਨੇ ਦੀ ਟ੍ਰੇਨਿੰਗ ਦੇ ਲਈ ਫਰੀਦਕੋਟ ਦੀ ਡਿਊਟੀ ਆ, ਇਸ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦਾ ਫਿਲਹਾਲ ਉਸ ਤੋਂ ਬਾਰੇ ਕਿਹਾ ਨਹੀਂ ਜਾ ਸਕਦਾ। ਅੱਗੇ CT ਸਕੈਨ ਤੋਂ ਇਹ ਕਲੀਅਰ ਹੋਏਗਾ, ਬਾਕੀ ਸਰਜਨ ਦਾ ਓਪੀਨੀਅਨ ਤੋਂ ਬਾਅਦ ਇਹ